ਸਰ ਉਹ ਸਾਰਾ ਨਾਟਕ ਸੀ, ਆਮ ਆਦਮੀ ਪਾਰਟੀ ਨੇ ਇੱਕ ਫਿਲਮ ਤਿਆਰ ਕੀਤੀ ਸੀ ਕਿ ਉਹਨਾਂ ਦੇ ਸਟੰਟ ਹੈ, ਆਪਣਾ MLA ਉਤਾਰ ਦਿਓ, ਮੰਤਰੀ ਉਤਾਰ ਦਿਓ, ਮੰਤਰੀ ਖਿਲਾਫ਼ ਕਾਰਵਾਈ ਕਰ ਦਿਓ। ਇਹਨਾਂ ਦਾ ਬਹੁਤ ਵੱਡਾ ਪਲੈਨ ਆ ਪੰਜਾਬ ਨੂੰ ਖਤਮ ਕਰਨ ਦਾ, ਇਹਨਾਂ ਕੋਲ ਬਚ ਜਾਓ। ਭਾਰਤੀ ਜਨਤਾ ਪਾਰਟੀ ਦਾ ਜਦੋਂ ਹਿੱਸਾ, ਜਦੋਂ ਮੇਰੇ 'ਤੇ ਮੁਕੱਦਮੇ ਦਿੱਤੇ ਗਏ ਆ, ਉਦੋਂ ਮੈਂ ਕਾਂਗਰਸ ਨਾਲ ਵਿਰੋਧ 'ਚ ਮੈਂ ਬਹੁਤ ਆਪਣੀ ਪਾਰਟੀ ਦੇ ਲਈ ਗੱਲ ਰੱਖਦਾ ਰਿਹਾ। ਕੱਲ ਤੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਉਂਗਰਾਲ ਵਾਪਸ ਆਪਣੀ ਪੁਰਾਣੀ ਪਾਰਟੀ ਭਾਜਪਾ ਦੇ ਵਿੱਚ ਆ ਗਏ ਆ। ਸਿਆਸਤ 360 ਡਿਗਰੀ ਜਲੰਧਰ ਦੀ ਘੁੰਮੀ ਹੈ। ਸ਼ੀਤਲ ਉਂਗਰਾਲ ਹੋਰਾਂ ਦੇ ਨਾਲ ਗੱਲਬਾਤ ਕਰ ਲਿਆ। ਉਂਗਰਾਲ ਸਾਹਿਬ, ਚਰਚਾਵਾਂ ਬਹੁਤ ਸਾਰੀਆਂ ਚੱਲ ਪਈਆਂ, ਕਹਿੰਦੇ ਕਿ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ, ਕਹਿੰਦੇ ਤੁਹਾਡਾ ਭਾਜਪਾ ਦੇ ਵਿੱਚ ਆਉਣ ਦੀ ਵਜ੍ਹਾ ਇਹ ਹੈ ਕਿ ਤੁਸੀਂ ਕਹਿ ਰਹੇ ਸੀਗੇ ਕਿ ਮੇਰੇ ਆ ਪਰਚੇ ਜਿਹੜੇ ਉਹ ਕੈਂਸਲ ਕੀਤੇ ਜਾਣ, ਮੇਰੇ 'ਤੇ ਗੈਂਬਲਿੰਗ ਦਾ ਪਰਚਾ, ਸ਼ਰਾਬ ਦਾ ਪਰਚਾ ਇਹ ਕੈਂਸਲ ਕੀਤੇ ਜਾਣ, ਉਹ ਨਹੀਂ ਕੈਂਸਲ ਹੋਏ। ਤੁਸੀਂ ਪਾਰਟੀ ਛੱਡ ਦਿੱਤੀ, ਲੀਡਰਾਂ ਦੇ ਉੱਤੇ, ਸੀਨੀਅਰ ਲੀਡਰਾਂ ਦੇ ਉੱਤੇ ਤੁਸੀਂ ਦਬਾਅ ਪਾ ਰਹੇ ਸੀਗੇ, ਇਹ ਖਬਰਾਂ ਜਿਹੜੀ ਸਰਕਾਰ ਦੇ ਸਾਹਮਣੇ ਤੋਂ ਆ ਰਹੀਆਂ। ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੱਸਣਾ ਚਾਹੁੰਦਾ, ਪੰਕਜ ਜੀ, ਮੇਰੇ ਉੱਤੇ ਜਿਹੜੇ ਮੁਕੱਦਮੇ ਦਰਜ, ਉਹਨਾਂ 'ਚੋਂ ਕੁਛ ਮੁਕੱਦਮੇ 'ਚ ਮੈਂ ਬਰੀ ਹੋ ਚੁੱਕਾ। ਅੱਜ ਮੇਰੇ ਤੋਂ ਕੋਈ ਗੈਂਬਲਿੰਗ ਐਕਟ ਦਾ ਮੁਕੱਦਮਾ ਨਹੀਂ ਹੈ। ਮੈਂ ਕੋਰਟ ਦਾ ਜਿਹੜਾ ਸਹਾਰਾ ਲਿਆ ਸੀ, ਮੈਨੂੰ ਕਾਨੂੰਨ 'ਤੇ ਵਿਸ਼ਵਾਸ ਸੀ। ਮੈਂ ਇਸ ਗੌਰਮੈਂਟ 'ਚ ਆਉਣ ਤੋਂ ਪਹਿਲੇ ਵੀ ਉਹ ਮੇਰੇ 'ਤੇ ਪਰਚੇ ਦੇ 9-8 ਸਾਲ ਪਹਿਲੇ ਚੱਲਦੇ ਪਿਆ, ਠੀਕ ਹੈ। ਮੈਂ ਉਦੋਂ BJP ਦਾ ਹਿੱਸਾ ਸੀ, ਭਾਰਤੀ ਜਨਤਾ ਪਾਰਟੀ ਦਾ ਜਦੋਂ ਹਿੱਸਾ, ਜਦੋਂ ਮੇਰੇ 'ਤੇ ਮੁਕੱਦਮੇ ਦਿੱਤੇ ਗਏ ਆ, ਉਦੋਂ ਮੈਂ ਕਾਂਗਰਸ ਨਾਲ ਵਿਰੋਧ 'ਚ ਮੈਂ ਬਹੁਤ ਆਪਣੀ ਪਾਰਟੀ ਦੇ ਲਈ ਗੱਲ ਰੱਖਦਾ ਰਿਹਾ। ਕੋਈ ਇਹ ਮੇਰੇ 'ਤੇ ਕੋਈ ਕੱਲ੍ਹ ਪਰਸੋਂ 2-4-6 ਦਿਨ 'ਚ ਨਹੀਂ ਹੋਏ ਅਤੇ ਮੈਂ ਉਹਨਾਂ ਪਰਚਿਆਂ 'ਚ ਬਰੀ ਹੋ ਚੁੱਕਾ। ਜੇ ਕੋਈ ਵੀ ਚੈਨਲ ਚਲਾਏਗਾ ਜਾਂ ਕੋਈ ਵੀ ਬੰਦਾ ਇੱਥੇ ਬਿਆਨ ਦੇਗਾ, ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਾਂਗਾ। ਮੈਨੂੰ ਜੋ ਵੀ ਰਾਹਤ ਮਿਲੀ ਹੈ ਹਾਈਕੋਰਟ ਤੋਂ ਮਿਲੀ ਹੈ, ਜਲੰਧਰ ਕੋਰਟ ਤੋਂ ਰਾਹਤ ਮਿਲੀ ਹੈ, ਉਹਦੇ ਤੋਂ ਇਲਾਵਾ ਮੇਰੇ 'ਤੇ ਜਿਹੜੇ 2 ਮੁਕੱਦਮੇ ਅੱਜ ਰਹਿ ਗਏ ਆ, ਉੱਥੇ ਵੀ ਸਟੇਅ ਹੈ, ਉੱਥੇ ਵੀ ਬਹੁਤ ਜਲਦੀ ਕੋਈ ਵੀ ਐਸਾ ਐਵੀਡੈਂਸ ਜਿਹੜਾ ਸ਼ੀਤਲ ਗਰਾਲੇ ਸਾਹਿਬ ਨਹੀਂ ਮਿਲਿਆ ਕੋਰਟਾਂ ਦੇ ਵਿੱਚ। ਇੱਥੇ ਨਾ ਮੈਂ ਕੋਈ ਪੁਲਿਸ ਦੀ ਮਦਦ ਲਈ ਹੈ, ਨਾ ਮੈਂ ਕੋਈ ਸਰਕਾਰ ਦੀ ਮਦਦ ਲਈ ਹੈ, ਪਰ ਆਪਣੇ ਐਵੀਡੈਂਸ ਦੇ ਉੱਤੇ ਮੈਨੂੰ ਆਪਣੇ ਆਪ 'ਤੇ ਮੇਰੇ ਪਰਮਾਤਮਾ ਦੇ ਵਿਸ਼ਵਾਸ ਸੀ, ਉਹ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੇ ਉੱਤੇ ਮੈਨੂੰ ਬਹੁਤ ਵਿਸ਼ਵਾਸ ਸੀ। ਲੇਕਿਨ ਕਹਿੰਦੇ ਸ਼ੀਤਲ ਉਂਗਰਾਲ ਆਪਰੇਸ਼ਨ ਲੋਟਸ ਦਾ ਜ਼ਿਕਰ ਕਰ ਰਹੇ ਸੀ, DGP ਨੂੰ ਸ਼ਿਕਾਇਤ ਕਰ ਰਹੇ ਸੀ, 25 ਕਰੋੜ ਕਿ 35 ਕਰੋੜ, 25 ਸੀ 35 ਕਰੋੜ ਸੀ। ਸਰ ਉਹ ਸਾਰਾ ਨਾਟਕ ਸੀ, ਆਮ ਆਦਮੀ ਪਾਰਟੀ ਨੇ ਇੱਕ ਫਿਲਮ ਤਿਆਰ ਕੀਤੀ ਸੀ, ਅਸੀਂ ਉਹਦੇ ਹੀਰੋ ਤੁਸੀਂ ਸੀਗੇ। ਉਸ ਫਿਲਮ ਦੇ ਵਿੱਚ ਹੀਰੋ ਨਹੀਂ ਹੈ, ਇਹ ਹੀਰੋ ਤੇ ਕੋਈ ਹੋਰ ਹੀ ਨਿਕਲਣਾ ਹੈ, ਹੀਰੋ ਤੇ ਫਿਲਮ ਦਾ ਅਜੇ ਕੱਢਾਂਗੇ ਬਾਹਰ। ਪਰ ਉਸ ਟਾਈਮ ਜਿੱਦਾਂ ਇਹ ਲੋਕ ਯੂਜ਼ ਕਰਦੇ ਆ MLA ਨੂੰ, ਅੱਜ ਮੇਰੇ ਬਹੁਤ ਸਾਰੇ ਸਾਥੀ ਸਾਰੇ MLA ਇਹ ਨਹੀਂ ਹੈ ਕਿ ਆਪਣੇ ਘਰ ਸੰਡੇ ਨੂੰ ਬੁਲਾਇਆ, ਚਾਹ ਪਲਾਈ ਤੇ ਫੋਟੋ ਸ਼ੋਅ ਕਰ ਦਿੱਤੀ ਮੀਡੀਆ 'ਚ ਕਿ ਸਾਰੇ MLA ਮੇਰੇ ਨਾਲ ਹੈ। ਅਗਰ ਜਨਤਾ ਦੇ ਵਿੱਚ ਇੱਕ MLA ਨੂੰ ਇਹ ਪੁੱਛਿਆ ਜਾਵੇ ਨਾ, ਅੱਜ ਲੋਕ ਕਿਸ ਮਜਬੂਰੀ ਦੇ ਨਾਲ ਮੇਰੇ ਸਾਰੇ ਸਾਥੀ ਬੈਠੇ ਹੈ, ਮੈਂ ਨਹੀਂ ਦੱਸ ਸਕਦਾ, ਕਿਉਂਕਿ ਜੋ ਉਹਨਾਂ ਦਾ ਹਾਲਾਤ ਕੀਤਾ ਜਾ ਰਿਹਾ, ਅੱਜ ਕਿੱਦਾਂ ਤਾਨਾਸ਼ਾਹ ਦਾ ਰਾਜ ਚੱਲ ਰਿਹਾ ਪੰਜਾਬ ਦੇ ਵਿੱਚ, ਇਹ ਲੋਕਾਂ ਤੋਂ ਜਾ ਕੇ MLA ਦੇ ਜਾ ਕੇ ਦਿਲ ਤੋਂ ਪੁੱਛੋ। ਲੇਕਿਨ DGP ਹੋਰਾਂ ਨੂੰ ਜਿਹੜੀ ਤੁਸੀਂ ਸ਼ਿਕਾਇਤ ਕੀਤੀ ਸੀ, ਉਸ ਦੇ ਪਹਿਲੇ ਵਿਕਟਿਮ ਤਾਂ ਤੁਸੀਂ ਬਣ ਗਏ, ਤੁਹਾਨੂੰ ਕੋਈ ਪੈਸੇ ਦਿੱਤੇ ਗਏ 25 ਕਰੋੜ, 35 ਕਰੋੜ ਜਾਂ 25 ਲੱਖ ਜਾਂ 25-5 ਕਰੋੜ ਰੁਪਏ ਕੋਈ ਪੈਸੇ ਦਿੱਤੇ ਗਏ ਜਾਂ ਕਿਵੇਂ? ਆਮ ਆਦਮੀ ਪਾਰਟੀ ਆਪਣੀ ਗਰੋਥ ਵਧਾਉਣ ਦੇ ਲਈ, ਇਹ ਉਹਨਾਂ ਦੇ ਸਟੰਟ ਹੈ, ਆਪਣਾ MLA ਉਤਾਰ ਦਿਓ, ਮੰਤਰੀ ਉਤਾਰ ਦਿਓ, ਮੰਤਰੀ ਖਿਲਾਫ਼ ਕਾਰਵਾਈ ਕਰ ਦਿਓ। ਇਹ ਉਹੀ ਮੰਤਰੀ ਹੈ, ਹਰ ਮੀਟਿੰਗ 'ਚ ਕੋਈ ਨਾਲ ਇਹਨਾਂ ਦੇ ਕਿਉਂ ਹੁੰਦੇ ਆ? ਹਰ ਇੱਕ ਆਮ ਆਦਮੀ ਪਾਰਟੀ ਜੀ ਅੱਜ ਉਹ ਮੰਤਰੀ ਕਰਪਟ ਸੀ, ਇਹਨਾਂ ਦੇ ਹਰ ਪਾਰਟੀ ਹਰ ਇੱਕ ਮੀਟਿੰਗ ਦਾ ਹਿੱਸਾ ਕਿਉਂ ਹੁੰਦੇ ਹੋ? ਉਹ ਕੋਈ ਕਰਪਟਾ ਇਨਸਾਨ ਨਹੀਂ ਹੈ, ਪਰ ਉਸ ਇਨਸਾਨ ਦੇ ਉੱਤੇ ਥੋਪਿਆ ਗਿਆ ਕਿ ਉਸਦੀ ਛਵੀ ਦੇ ਲਈ। ਓਦਾਂ ਹੀ ਇਹ ਸਿਰਫ ਤੋਂ ਸਿਰਫ ਇੱਕ ਵੇਵ ਨੂੰ ਉੱਪਰ ਕਰਨ ਦੇ ਲਈ, ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੀ ਕੰਪਨੀ ਹੈ ਉਹ ਨੀਚੇ ਨਾ ਜਾਵੇ, ਅੱਜ ਕੰਪਨੀ ਦਾ ਜਿਹੜਾ ਗ੍ਰਾਫ ਹੈ ਉਹ ਹਮੇਸ਼ਾ ਉੱਪਰ ਰਵੇ, ਇਸ ਕੰਪਨੀ ਦਾ ਜਿਹੜਾ ਬ੍ਰਾਂਡ ਹੈ ਉਹ ਨੀਚੇ ਨਾ ਜਾਵੇ, ਇਸ ਬ੍ਰਾਂਡ ਨੂੰ ਉੱਤੇ ਕਰਨ ਦੇ ਲਈ ਇਹ ਸਾਰੇ ਇਹਨਾਂ ਦੇ ਸਟੰਟ ਹੈ। ਉਹਨਾਂ ਦਾ ਜਿਹੜੀ ਐਵੀਡੈਂਸ ਹੈ ਕਿ ਕੋਈ ਵੀ ਮਿਸ਼ਨ ਲੋਟਸ ਨਹੀਂ ਹੈ, ਮਿਸ਼ਨ ਲੋਟਸ ਜਿਹੜਾ ਹੈ ਉਹ ਆਮ ਆਦਮੀ ਪਾਰਟੀ ਦਾ ਹੀ ਰਚਿਆ ਹੋਇਆ ਇੱਕ ਢੰਗ ਹੈ,
ਜਿਹਦੇ ਉੱਤੇ ਉਸ ਵੇਲੇ ਮਨਾ ਕਿਉਂ ਨੀ ਕੀਤਾ? ਤੁਸੀਂ ਕਿਹਾ ਕਿ ਮੈਂ ਇਸ ਸਕ੍ਰਿਪਟ ਚ ਨਹੀਂ ਆਣਾ, ਮੈਂ ਨਹੀਂ ਜਾਣਾ, ਕਿਉਂਕਿ ਉਸ ਸਕ੍ਰਿਪਟ ਦੇ ਵਿੱਚ ਮੇਨ ਹੀਰੋ ਕਰਦਾਰ ਲੀਡ ਹੀਰੋ ਉਸ ਵੇਲੇ ਤੁਸੀਂ ਸੀ। ਐਦਾਂ ਕਰਦਾ, ਮੇਰੇ ਤੋਂ ਨਾਲ ਨੌਵੇਂ ਮੇਰੇ ਹੋਰ ਵੀ ਸੀ ਨਾ ਮੇਰੇ ਨਾਲ, ਨਹੀਂ ਪਹਿਲੇ ਨੰਬਰ ਤੇ ਤੁਸੀਂ ਮੇਰੇ ਨਾਲ ਨੌਵੇਂ, ਜਿੱਦਾਂ ਉਹਨਾਂ ਨੌਵਾਂ ਨੂੰ ਬੇਵਕੂ ਬਣਾਇਆ ਮੈਨੂੰ ਵੀ ਬਣਾਇਆ, ਜਿੱਦਾਂ ਉਹਨਾਂ ਨੌਵਾਂ ਨੂੰ ਬੇਵਕੂ ਬਣਾਇਆ ਉਹ ਜਿਹੜੇ MLA ਮੇਰੇ ਨਾਲ ਗਏ ਸੀ ਉਹ ਉਦਾਂ ਹੀ ਮੈਂ ਬੇਵਕੂ ਬਣਿਆ। ਪਰ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ, ਇਹਨਾਂ ਦਾ ਬਹੁਤ ਵੱਡਾ ਪਲਾਨ ਆ ਪੰਜਾਬ ਨੂੰ ਖਤਮ ਕਰਨ ਦਾ, ਇਹਨਾਂ ਕੋਲ ਬਚ ਜਾਓ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਦੱਸਾਂਗੇ ਕਿ ਕਿੱਦਾਂ ਮੀਡੀਆ ਨੂੰ ਕੈਚਅਪ ਕੀਤਾ ਹੋਇਆ ਇਹਨਾਂ ਨੇ, ਕਿੱਦਾਂ ਮੀਡੀਆ ਨੂੰ ਚਲਾਉਂਦੇ ਆ, ਕਿੱਦਾਂ ਮੀਡੀਆ ਨੂੰ ਨੱਥ ਪਾਉਂਦੇ ਆ, ਕਿਉਂਕਿ ਮੈਂ ਉਸ ਇੱਕ ਚੀਜ਼ ਦਾ ਹਿੱਸਾ ਸੀ, ਪਾਰਟ ਸੀ, ਉਹ ਕਿੱਦਾਂ ਮੇਰੇ ਕੋਲ ਉਸ ਚੀਜ਼ ਦੀ ਐਵੀਡੈਂਸ ਹੈ। ਹੁਣ ਤੁਹਾਡਾ ਹਿਰਦੇ ਪਰਿਵਰਤਨ 360 ਡਿਗਰੀ ਕਿਵੇਂ ਬਦਲ ਗਿਆ? ਅਜੇ ਇਹ ਰਾਤੋ ਰਾਤ ਕੀ ਹੋਇਆ, ਕਿਉਂਕਿ ਪਿਛਲੇ ਹਫ਼ਤੇ ਤੁਹਾਡੀਆਂ ਚਰਚਾਵਾਂ ਚੱਲੀਆਂ, ਤੁਸੀਂ ਫੇਸਬੁੱਕ ਲਾਈਵ ਹੋ ਗਏ, ਤੁਸੀਂ ਕਿਹਾ ਮੈਂ ਤਾਂ ਗੱਡੀਆਂ ਦਾ ਕੰਮ ਕਰਦਾ, ਮੈਂ ਸ਼ਨੀ ਐਤਵਾਰ ਪੁਰਾਣੀਆਂ ਗੱਡੀਆਂ ਖਰੀਦਣ ਆਉਣਾ, ਇਸ ਕਰਕੇ ਮੈਂ ਦਿੱਲੀ ਆਇਆ ਸੀ, ਮੇਰਾ ਭਾਜਪਾ ਨਾਲ ਕੋਈ ਲੈਣਾ ਦੇਣਾ। ਪੰਕਜ ਜੀ, ਜਦੋਂ ਤੁਸੀਂ ਉਹ ਮੈਸੇਜ ਸਾਰੇ ਪੜੋਗੇ ਨਾ, ਕਿੱਦਾਂ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਪੰਜਾਬ ਨੂੰ, ਜਦ ਮੈਂ ਐਵੀਡੈਂਸ ਜਨਤਾ ਵਿੱਚ ਲੈ ਕੇ ਆਵਾਂਗਾ, ਤੁਸੀਂ ਆਪ ਜੇ ਤੁਸੀਂ ਜੇ ਸੱਚ, ਤੁਹਾਡਾ ਚੈਨਲ ਦੀ ਬਹੁਤ ਵੱਡੀ ਜਿਹੜਾ ਮੀਡੀਆ ਬਹੁਤ ਵੱਡਾ ਥੰਮ ਹੈ ਦੇਸ਼ ਦੇ ਲਈ, ਜੇ ਤੁਸੀਂ ਉਹ ਚੀਜ਼ ਜਨਤਾ ਵਿੱਚ ਲੈ ਕੇ ਜਾਓਗੇ ਨਾ, ਜਨਤਾ ਇਹਨਾਂ ਨੂੰ ਜਵਾਬ ਦੇਗੀ ਜ਼ਰੂਰ। ਲੇਕਿਨ ਮੇਰਾ ਇਹ ਸਵਾਲ ਹੈ, ਜਿਹੜਾ ਪਿਛਲੇ ਹਫ਼ਤੇ ਤੁਸੀਂ ਕਿਹਾ ਸੀ ਕਿ ਮੈਂ ਸ਼ਨੀ ਐਤਵਾਰ ਸਿਰਫ ਪੁਰਾਣੀਆਂ ਗੱਡੀਆਂ ਖਰੀਦਣ ਦਿੱਲੀ ਆਉਣਾ ਵਾ, ਉਹ ਮੈਨੂੰ ਪੁਰਾਣੀਆਂ ਗੱਡੀਆਂ ਦੇ ਚੱਕਰ 'ਚ ਸ਼ਾਇਦ ਮੈਂ ਨੀ, ਗੱਡੀਆਂ ਦਾ ਮੇਰਾ ਕਾਰੋਬਾਰ ਹੈ, ਮੈਂ ਅੱਜ ਵੀ ਉੱਥੇ ਕੰਮ ਹੈ, ਮੈਂ ਜਾਣਦਾ, ਮੈਂ ਕੱਲ੍ਹ ਵੀ ਗਿਆ, ਪਰ ਇਹ ਨਹੀਂ ਹੈ ਕੰਮ ਦੇ ਨਾਲ ਨਾਲ, ਜਿੱਦਾਂ ਕੱਲ੍ਹ ਮੈਨੂੰ ਪਾਰਟੀ ਦਾ ਦਬਾਅ ਆ ਰਿਹਾ ਸੀ ਨਾ, ਜਿੱਦਾਂ ਕੱਲ੍ਹ ਵੀ ਬੜੇ ਵੱਡੇ ਵੱਡੇ ਅਧਿਕਾਰੀਆਂ ਦੇ ਫੋਨ ਕੱਲ੍ਹ ਵੀ ਆ ਰਹੇ ਸੀ, ਉੱਦਾਂ ਹੀ ਮੈਨੂੰ ਉਸ ਦਿਨ ਮੇਰਾ ਜਿਹੜਾ ਚੈਨਲ ਲਾਈਵ ਕਰਾਉਣ ਦੇ ਲਈ ਉਹ ਵੀ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਦਾ ਸੀ ਮੈਸੇਜ ਸੀ, ਜਲਦ ਤੋਂ ਜਲਦ ਲਾਈਵ ਹੋਵੋ, ਮੇਰੇ ਤੋਂ ਜਿਹੜਾ ਪ੍ਰੈਸ਼ਰ ਸੀ ਪੁਲਿਸ ਦਾ ਬਹੁਤ ਵੱਡਾ ਸੀ। ਲੇਕਿਨ 360 ਡਿਗਰੀ ਮੇਰਾ ਸਵਾਲ ਹੈ ਕਿ ਕਿਵੇਂ ਹਿਰਦੇ ਪਰਿਵਰਤਨ ਆਏਗਾ? 360 ਡਿਗਰੀ ਦਾ ਜਵਾਬ ਤੁਹਾਨੂੰ ਦੇਣ ਜਾ ਰਿਹਾ ਜੀ, ਜੇ ਮੈਨੂੰ ਮਜਬੂਰ, ਮੈਂ ਬਾਰ ਬਾਰ ਕਹਿ ਰਿਹਾ ਮੈਨੂੰ ਨਾ ਕੀਤਾ ਜਾਵੇ, ਜਿਸ ਟਾਈਮ ਮੈਂ ਦਿੱਲੀ ਦੇ ਵਿੱਚ ਪੰਜਾਬ ਭਵਨ ਦੇ ਵਿੱਚ ਆਪਣੇ ਕੰਮ ਦੇ ਲਈ ਗਿਆ ਸੀ, ਉਸ ਟਾਈਮ ਮੇਰੇ ਘਰ ਦੇ ਵਿੱਚ 40-50 ਪੁਲਿਸ ਵਾਲੇ ਭੇਜ ਦਿੱਤੇ ਗਏ ਸੀ, ਫਿਰ ਲਾਈਵ ਮੇਰੇ ਕੋਲ ਕਰਾਇਆ ਗਿਆ ਸੀ, ਉਸਦੀ ਵੀਡੀਓ ਚਾਹੀਦੀ ਹੈ, ਮੈਂ ਤੁਹਾਡੇ ਪ੍ਰੈਸ ਦੇ ਵਿੱਚ ਬਹੁਤ ਜਲਦੀ ਲੈ ਕੇ ਆ ਰਿਹਾ। ਜੋ ਉਹੀ ਡਰਾਮਾ ਕੱਲ ਕੀਤਾ, ਪੁਲਿਸ ਭੇਜੀ ਗਈ ਜਿਹੜੀ ਮੈਂ ਗੱਲ ਜ਼ਿਕਰ ਕਰ ਰਿਹਾ ਸੀ ਕਿ ਨਹੀਂ ਜਾਣਾ, ਏਦਾਂ ਹੀ ਮੈਨੂੰ ਜਿਹੜੇ ਪੁਲਿਸ ਦੇ ਵੱਡੇ ਅਧਿਕਾਰੀਆਂ ਦੇ ਫੋਨ ਪਰਚੇ ਦੀ ਵਜ੍ਹਾ ਕਰਕੇ ਸੀ, ਗੈਂਬਲਿੰਗ ਜਾਂ ਸ਼ਰਾਬ, ਕੋਈ ਪਰਚਾ ਨਹੀਂ ਆਈ ਨਹੀਂ। ਤੁਸੀਂ ਜੇ ਕਹੋਗੇ ਮੈਂ ਕਾਨੂੰਨੀ ਕਾਰਵਾਈ ਕਰਾਂਗਾ, ਮੇਰੇ ਤੇ ਕੋਈ ਗੈਂਬਲਿੰਗ ਦਾ ਪਰਚਾ ਨਹੀਂ ਹੈ, ਮੇਰੇ ਤੇ ਜਿਹੜਾ ਕੋਰਟ ਨੇ ਮੈਨੂੰ ਬਰੀ ਕਰ ਦਿੱਤਾ ਹੋਇਆ। ਕਿੰਨੇ ਪਰਚੇ ਸੀਗੇ ਪਹਿਲਾਂ ਜਿਹੜੇ, ਹੁਣ ਤੁਸੀਂ ਕਹਿ ਰਹੇ ਕਲੀਅਰ ਹੋ ਗਏ? ਮੇਰੇ ਪਰਚੇ ਜਿਹੜੇ, ਮੈਂ ਕਾਫੀ, ਮੇਰੇ ਤੇ ਜਿਹੜੇ ਮੁਕੱਦਮੇ ਦਰਜ ਹੈ ਕੋਈ ਸਾਲ 2-3 ਸਾਲ ਚ ਦਰਜ ਨਹੀਂ ਹੋਏ, ਇਹ ਮੇਰੇ ਤੇ 9-9 ਸਾਲ ਪਹਿਲੇ ਪਰਚੇ ਦਰਜ ਹੈ। ਕਾਦੇ ਕਾਦੇ ਸੀਗੇ ਇਹ? ਮੇਰੇ ਤੇ ਜਿਹੜੇ ਵੀ ਹੈ, ਮੇਰੇ ਤੇ ਜਿਹੜਾ ਪੋਲੀਟੀਕਲ ਪ੍ਰੈਸ਼ਰ ਦੇ ਪਰਚੇ ਦਿੱਤੇ ਗਏ ਆ, ਜਿਹੜੇ ਸੀ ਮੈਂ ਬਰੀ ਹੋ ਚੁੱਕਾ, ਕਿਉਂਕਿ ਇੰਨੀ ਲੰਬੀ ਡਿਟੇਲ ਮੇਰੇ ਕੋਲ ਨਹੀਂ ਹੈ। ਅੱਜ ਦੀ ਡੇਟ 'ਚ 2 ਮੁਕੱਦਮੇ, 1 ਧਰਨੇ ਦਾ ਮੁਕੱਦਮਾ, 1 ਮੇਰੇ ਤੇ IET Act ਦਾ ਮੁਕੱਦਮਾ ਹੈ, ਮੈਂ ਉਹ 'ਚ ਵੀ ਬਹੁਤ ਜਲਦੀ ਜਿਹੜਾ ਬਰੀ ਹੋ ਕੇ ਤੁਹਾਡੇ ਵਿੱਚ ਆਵਾਂਗਾ। ਪਰ ਇਹ ਲੋਕ ਜਿਹੜਾ ਯੂਜ਼ ਕਰਦੇ ਆ, ਇਸ ਜਿਹੜੀ ਕੰਪਨੀ ਹੈ, ਮਜਾਕਰ ਜੀ, ਮੈਂ ਉਹ ਚੀਜ਼ਾਂ ਬਾਹਰ ਲੈ ਕੇ ਆ ਗਿਆ ਕਿ ਕਿੱਦਾਂ ਮੇਰੇ ਕੋਲ ਲਾਈਵ ਕਰਾਇਆ ਗਿਆ। ਤੁਸੀਂ ਬਾਹਰ ਧਮਕੀ ਦੇ ਰਹੇ ਹੋ ਆਮ ਆਦਮੀ ਪਾਰਟੀ, ਧਮਕੀ ਨਹੀਂ ਦੇ ਰਿਹਾ, ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਚਿਹਰਾ ਬੇਨਕਾਬ ਕਰਨ ਲਈ ਕਹਿ ਰਹੇ ਹਾਂ। ਜੋ ਬੀਜੇਪੀ ਚ ਗਏ ਤੁਸੀਂ ਉਦੋਂ ਦੱਸਦੇ ਕਿ ਆਹ ਚੀਜ਼ ਹੋਈ? ਮੈਂ ਸ਼ਾਇਦ ਮੈਂ ਕਿਹਾ ਲੈ ਕੇ ਆਵਾਂਗਾ, ਪਰ ਮੈਨੂੰ, ਮੈਂ ਕਹਿੰਦਾ ਕਿ ਮੈਂ ਆਪਣੀ ਪਰਿਵਾਰ ਚ ਵਾਪਸ ਆਉਣਾ। ਪ੍ਰੈਸ ਕਾਨਫਰੰਸ ਕੀਤੀ, ਕਹਿੰਦੇ ਕਿ ਤੁਹਾਡੇ ਵਾਪਸ ਆ ਗਏ ਆ, ਪੈਸੇ ਦਿੱਤੇ ਗਏ, ਬਹੁਤ ਸਾਰੇ ਵਿਧਾਇਕਾਂ ਨੂੰ ਆਫਰ ਦਿੱਤੀ ਜਾ ਰਹੀ ਹੈ ਆਪਰੇਸ਼ਨ ਲੋਟਸ ਦਾ, ਅਸੀਂ ਜ਼ਿਕਰ ਕਰਦੇ ਸੀ ਉਹ ਪਹਿਲੇ ਜਿਹੜੇ ਵਿਕਟਿਮ ਨੇ ਜਾਂ ਪਹਿਲੇ ਜਿਹੜੇ ਖਰੀਦੇ ਗਏ, ਉਹ ਇਲਾਵਾ ਪੈਸੇ ਦੀ ਕੋਈ ਵੈਲਿਊ ਨਹੀਂ। ਅਗਰ DGP ਲੈਵਲ ਦਾ ਬੰਦਾ ਥ੍ਰੈਟ ਕਰੇ, ਜਲਦ ਤੋਂ ਜਲਦ ਲਾਈਵ ਹੋਇਆ ਜਾਵੇ, ਜਲਦ ਤੋਂ ਜਲਦ ਪਾਰਟੀ ਤੱਕ ਬਿਆਨ ਦਿੱਤਾ ਜਾਵੇ, ਮੈਂ ਪੁੱਛਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਪ੍ਰਸ਼ਾਸਨ ਕੌਣ ਚਲਾ ਰਿਹਾ? ਪੁਲਿਸ ਦਾ ਜਿਹੜਾ ਮੇਰੇ ਤੇ ਦਬਾਅ ਸੀ, ਕਿੰਨੇ ਮਿੰਟ ਦੇ ਵਿੱਚ ਕਿੰਨੀਆਂ ਮੈਨੂੰ ਕੋਲਾਂ ਪੁਲਿਸ ਦੀਆਂ, ਮੈਂ ਜਲਦੀ ਤੁਹਾਡੇ ਵਿੱਚ ਲੈ ਕੇ ਆਵਾਂਗਾ। ਪਰ ਮੈਂ ਫਿਰ ਕਹਿ ਰਿਹਾ, ਮੈਂ ਆਪਣੇ ਪਰਿਵਾਰ ਚ ਵਾਪਸ ਆਇਆ, ਮੈਂ ਆਪਣੀ ਪਾਰਟੀ ਲਈ ਕੰਮ ਕਰਾਂਗਾ, ਜੇ ਅਸੀਂ ਚੰਗਾ ਕੰਮ ਕਰਾਂਗੇ ਲੋਕ ਸਾਨੂੰ ਮੌਕਾ ਦੇ ਦੇਣਗੇ, ਨਹੀਂ ਤੇ ਲੋਕ, ਜੇ ਇਹਨਾਂ ਨੇ ਵਧੀਆ ਕੰਮ ਕੀਤਾ ਹੋਏਗਾ, ਜੇ ਮੁੱਖ ਮੰਤਰੀ ਸਾਹਿਬ ਨੇ ਜੇ ਵਧੀਆ ਕੰਮ ਕੀਤਾ, ਲੋਕ ਇਹਨਾਂ ਨੂੰ ਮੌਕਾ ਦੇ ਦੇਣਗੇ। ਪਰ ਜੇ ਤੁਸੀਂ ਮੇਰਾ ਨੁਕਸਾਨ ਜਾਂ ਮੇਰੇ ਪਰਿਵਾਰ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੋਗੇ, ਤੇ ਮੈਂ ਬਹੁਤ ਕੁਛ
ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰਕੇ ਜਾਵਾਂਗਾ ਕਿ ਲੋਕ ਜਿਹੜੇ ਚਿਹਰਾ ਬੇਨਕਾਬ ਕਰਨਗੇ ਕਿ ਅੱਜ ਸਰਕਾਰ ਪੁਲਿਸ ਚਲਾ ਰਹੀ ਹੈ, ਅੱਜ ਸਰਕਾਰ ਮੀਡੀਆ ਚਲਾ ਰਿਹਾ, ਅੱਜ ਸਰਕਾਰ ਮਾਫੀਆ ਚਲਾ ਰਿਹਾ, ਅੱਜ ਸਰਕਾਰ ਲਾਟੀ ਵਾਲੇ ਚਲਾ ਰਹੇ ਆ, ਅੱਜ ਜਿਹੜੀ ਸਰਕਾਰ ਹੈ ਇਹ ਕੌਣ ਚਲਾ ਰਿਹਾ? ਤੁਹਾਡਾ ਵੀ ਮੇਰਾ ਕੋਈ ਲਿੰਕ ਨਹੀਂ, ਸਵਾਲ ਉੱਠਦੇ ਮੇਰੇ ਤੇ ਕਿਸੇ ਦਾ ਕੋਈ, ਮੇਰਾ ਕੋਈ ਕਿਸੇ ਨਾਲ ਕੋਈ ਲਿੰਕ ਨਹੀਂ, ਕੋਈ ਰਿਸ਼ਤਾ ਨਹੀਂ ਮੇਰਾ ਕਿਸੇ ਨਾਲ, ਮੇਰਾ ਕਿਸੇ ਨਾਲ ਕੋਈ ਲਿੰਕ ਨਹੀਂ ਹੈ। ਅੱਜ ਦੀ ਡੇਟ ਜੇ ਕੋਈ ਮੇਰਾ ਕੋਈ ਐਵੀਡੈਂਸ ਪ੍ਰੂਫ ਕਰੇਗਾ ਉਸ ਚੀਜ਼ ਨੂੰ ਮੈਂ ਜ਼ਿੰਮੇਵਾਰ ਮੈਂ ਮੰਨਣ ਨੂੰ ਤਿਆਰ ਹੈ। ਮੈਂ ਲਾਟੀ ਦੇ ਲਈ ਧਰਨਾ ਲਗਾਇਆ ਅੱਜ ਤੋਂ 20 ਦਿਨ ਪਹਿਲੇ ਸ਼ੀਤਲ ਅੰਗਰਾਲ ਨੂੰ, ਧਰਨੇ ਤੋਂ ਬਾਅਦ ਕਹਿੰਦੇ ਖਿਲਾਫ ਸੀ, ਰਿੰਕੂ ਦੇ ਖਿਲਾਫ ਸੀ, ਕਹਿੰਦੇ ਖਿਲਾਫ ਆਪਣੀ ਸਰਕਾਰ ਦੇ ਖਿਲਾਫ ਕਿ ਲਾਟਰੀ ਕਿਉਂ ਖੁੱਲੀ ਮੇਰੇ ਹਲਕੇ ਚ? ਕਿਉਂਕਿ ਮੈਂ 2022 ਦੇ ਵਿੱਚ ਆਪਣੇ ਲੋਕਾਂ ਦੇ ਕੋਲ ਵੋਟਾਂ ਲਾਟੀ ਕਰਕੇ ਲਈਆਂ ਸੀ। ਲੇਕਿਨ 360 ਡਿਗਰੀ ਪਰਿਵਰਤਨ ਸਿਰਫ ਤੁਹਾਡਾ ਭਾਜਪਾ ਚ ਆਉਣ ਲਈ ਨਹੀਂ ਹੋਇਆ, 360 ਡਿਗਰੀ ਤੁਹਾਡਾ ਜਿਹੜਾ ਜਿਗਰੀ ਕਹਿੰਦੇ ਕਿ ਜਿਹੜੇ ਕੱਟਰ ਦੁਸ਼ਮਣ ਸੀ ਤੁਹਾਡੇ ਰਿੰਕੂ ਸਾਹਿਬ, ਉਹ ਤੁਹਾਡੇ ਪੱਕੇ ਦੋਸਤ ਵੀ ਹੋ ਗਏ। ਪੱਕੇ ਦੋਸਤ, ਕੱਟੜ ਦੁਸ਼ਮਣ, ਪੱਕੇ ਦੋਸਤ ਕਿਵੇਂ? ਮੈਂ ਆਪਣੇ ਲੋਕਾਂ ਦੇ ਕੰਮ ਨਹੀਂ ਕਰਾ ਸਕਦਾ, ਕਿਸੇ ਦੇ ਘਰ ਗੰਦਾ ਪਾਣੀ ਨਹੀਂ ਬੰਦ ਕਰਾ ਸਕਦਾ, ਤੇ ਮੈਨੂੰ MLA ਰਹਿਣ ਦਾ ਕੋਈ ਅਧਿਕਾਰ ਨਹੀਂ। ਇਹ ਮੈਂ ਮਾਣਯੋਗ ਆਮ ਆਦਮੀ ਪਾਰਟੀ ਦੇ ਜਿਹੜੇ ਹਲਕਾ ਜਲੰਧਰ ਦੇ ਇੰਚਾਰਜ ਹੈ, ਉਹਨਾਂ ਨੂੰ ਮੈਂ 70 ਤੋਂ 80 ਵੀਡੀਓ ਭੇਜੀ ਹੋਈ ਹੈ। ਇਹ 4 ਦਿਨ ਪੁਰਾਣੀਆਂ ਵੀਡੀਓ ਹੈ। ਕਾਰਪੋਰੇਸ਼ਨ ਸਿਰਫ ਤੇ ਸਿਰਫ ਓਨਲੀ ਫੋਰ ਵਨ ਮੈਨ ਸ਼ੋ ਪਾਰਟੀ ਜਿਹੜੀ ਕਾਰਪੋਰੇਸ਼ਨ ਚੱਲ ਰਹੀ ਹੈ, ਇੱਕੋ ਹੀ ਮੰਤਰੀ ਸਾਹਿਬ ਦੇ ਪਰਿਵਾਰ ਦੀ ਕੱਟਰ ਦੁਸ਼ਮਣ ਤੁਹਾਡੇ ਰਿੰਕੂ, ਉਹ ਜਿਗਰੀ ਯਾਰ ਕਿਵੇਂ ਹੋ ਗਏ? ਮਤਲਬ ਤੁਸੀਂ ਇਕੱਠੇ ਪਹਿਲਾਂ ਤੇ ਇੱਕ ਦੂਜੇ ਦੇ ਨਾਲ 36 ਦਾ ਅੰਕੜਾ ਸੀ, ਤੁਸੀਂ ਹਰਾਇਆ, ਉਹਨਾਂ ਨੇ ਤੁਹਾਡੇ ਤੇ ਕੰਮ ਰੋਕਤੇ, ਫਿਰ ਇਹ ਕਿਵੇਂ ਹੋਇਆ? ਰਾਜਨੀਤੀ ਉਹਨੂੰ ਕਹੀ ਜਾਂਦੀ ਜਿਹੜਾ ਨੈਕਸਟ ਡੇ ਹੋਵੇ। ਰਾਜਨੀਤੀ ਚ ਉਹਨੂੰ ਮੰਨਿਆ ਜਾਂਦਾ ਜੋ ਅਸੀਂ ਪਬਲਿਕ ਦੇ ਲਈ ਭਲਾ ਕਰ ਸਕੀਏ। ਸ਼ਾਇਦ ਮੇਰਾ ਔਰ ਰਿੰਕੂ ਜੀ ਦਾ ਇਕੱਠਾ ਹੋਣਾ ਹੀ ਸਾਡੇ ਹਲਕੇ ਦੇ ਲੋਕਾਂ ਦੇ ਲਈ ਜਿਹੜਾ ਖੁਸ਼ ਨਸੀਬ, ਉਹਨਾਂ ਦੀ ਜਿਹੜੀ ਜਿਹੜੇ ਕੰਮਾਂ ਦੀ ਲਹਿਰ ਹੈ, ਨਾ ਮੇਰੇ ਕਰਕੇ ਰੁਕੇ, ਨਾ ਰਿੰਕੂ ਕਰਕੇ ਰੁਕੇ, ਅਸੀਂ ਇਸ ਕਰਕੇ ਇਕੱਠੇ ਹੋਏ ਹਾਂ। ਰਿੰਕੂ ਤੁਹਾਡੇ ਯਾਰ ਮੇਰੇ ਵੱਡੇ ਭਾਈ ਦੇ ਰੂਪ ਦੇ ਵਿੱਚ ਕੰਮ ਕਰਨਗੇ, ਮੈਂ ਛੋਟੇ ਭਰਾ ਦੇ ਰੂਪ ਦੇ ਵਿੱਚ ਕੰਮ ਕਰਾਂਗਾ, ਕੈਂਪੇਨ ਕਰੋ। ਮੈਂ ਦਿਨ ਰਾਤ ਮੇਰਾ ਪਰਿਵਾਰ ਤੇ ਮੈਂ ਕੈਂਪੇਨ ਕਰਾਂਗੇ, ਅਤੇ ਜੇ ਪਾਰਟੀ ਬੀਜੇਪੀ ਟਿਕਟ ਚਾਹੁੰਦੀ ਕਿ ਤੁਹਾਨੂੰ ਟਿਕਟ ਮੈਂਬਰਸ਼ਿਪ MP ਦੀ ਦੇ ਦਿੱਤੀ ਜਾਵੇ? ਮੈਂ ਨਹੀਂ ਮੰਗੀ ਟਿਕਟ ਦੀ, ਮੈਂ ਕੋਈ ਟਿਕਟ ਦੇ ਲਾਲਚ ਨਹੀਂ ਆਇਆ, ਮੈਂ ਆਪਣੇ ਪਰਿਵਾਰ ਚ ਵਾਪਸ ਆਇਆ। ਪਰ ਮੈਂ ਬਾਰ ਬਾਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਸੰਦੀਪ ਪਾਠਕ ਜੀ ਦੀ ਮੈਂ ਬਹੁਤ ਰਿਸਪੈਕਟ ਕਰਦਾ, ਇਮਾਨਦਾਰ ਬੰਦਰ, ਪਤਾ ਨਹੀਂ ਲੋਕੀ ਪਾਰਟੀ ਪਰਿਵਾਰ ਨਹੀਂ ਸੀ, ਨਹੀਂ ਮੈਂ ਉਸ ਇਨਸਾਨ ਕਰਕੇ ਮੈਂ 8 ਮਹੀਨੇ ਪਹਿਲੇ ਵੀ ਜਾ ਰਿਹਾ ਸੀ, ਛੱਡ ਕੇ ਜਾ ਰਿਹਾ ਸੀ। ਅਗਰ ਮੈਂ 8 ਮਹੀਨੇ ਇਸ ਪਾਰਟੀ 'ਚ ਰਿਹਾ, ਉਹ ਸੰਦੀਪ ਪਾਠਕ ਦੀ ਬਦੌਲਤ ਰਿਹਾ। ਉਹ ਇੱਕ ਬਹੁਤ ਇੱਕ ਰੱਬ ਰੂਪ ਸੱਚਾ ਇਨਸਾਨ ਹੈ ਮੇਰੇ ਲਈ। ਲੋਕਾਂ ਪ੍ਰਤੀ ਕੀ ਹੋਏਗਾ ਮੈਂ ਨਹੀਂ ਕਹਿ ਸਕਦਾ। ਉਸ ਇਨਸਾਨ ਦੀ ਪਾਰਟੀ ਤੁਹਾਡਾ ਪੁਰਾਣਾ ਪਰਿਵਾਰ ਸੀ, ਮੇਰਾ ਆਮ ਆਦਮੀ ਪਾਰਟੀ ਪਰਿਵਾਰ ਨਹੀਂ ਬਣਿਆ, ਨਹੀਂ ਬਣ ਸਕਿਆ। ਮੈਂ ਕਿਸੇ ਭੁਲੇਖੇ ਦੇ ਕਰਕੇ ਇਸ ਪਾਰਟੀ 'ਚ ਆ ਗਿਆ, ਕਿਸੇ ਝਾਂਸੇ ਦੇ ਵਿੱਚ ਆ ਗਿਆ। ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਕਿਹੜੀ ਕੰਪਨੀ ਹੈ ਜਿਹੜੀ ਇਹ ਦੇਸ਼ 'ਚ ਲੋਨ 'ਚ ਹੋਈ ਹੈ, ਪਰ ਮੈਨੂੰ ਸੰਦੀਪ ਪਾਠਕ ਦੇ ਉੱਤੇ ਬਹੁਤ ਵੱਡਾ ਵਿਸ਼ਵਾਸ ਸੀ। ਮੈਂ ਉਹਨਾਂ ਦੇ ਅੱਗੇ ਆਪਣੇ ਸਾਰੇ ਐਵੀਡੈਂਸ ਜਾ ਕੇ ਰੱਖੇ ਸੀ, ਪਰ ਮੈਨੂੰ ਉਹਨਾਂ ਨੇ ਕਿਹਾ ਸੀ ਇਹਦੇ ਉੱਤੇ ਸੁਧਾਰ ਕਰਾਂਗੇ। ਭਾਜਪਾ ਵਾਪਸ ਆਉਣਾ ਔਰ ਆਮ ਆਦਮੀ ਪਾਰਟੀ ਛੱਡਣਾ, ਕਿਉਂਕਿ ਵਿਧਾਇਕੀ ਕੋਈ ਛੱਡਦਾ ਨਹੀਂ, ਕੋਈ ਤਾਂ ਸਰਪੰਚ ਹੀ ਨਹੀਂ ਛੱਡਦਾ, ਤੁਸੀਂ ਵਿਧਾਇਕੀ ਛੱਡਤੀ, ਤੇ ਇਸ ਦੇ ਪਿੱਛੇ 360 ਡਿਗਰੀ ਹਿਰਦੇ ਪਰਿਵਰਤਨ ਕਿਉਂ? ਨਹੀਂ, ਇਸ ਕਰਕੇ ਜੀ, ਮਾਨ ਸਾਹਿਬ ਕਹਿੰਦੇ ਰਹੇ ਹੈ ਕਿ ਮੈਂ ਲੋਕ ਸਭਾ ਦੀ ਜਿਹੜੀ ਕੁਰਸੀ ਹੈ ਆਪਣੇ ਲੋਕਾਂ ਦੇ ਲਈ ਠੁੱਡ ਮਾਰ ਕੇ ਆਇਆ, ਅੱਜ ਉਹ ਮਾਰ ਕੇ ਨਹੀਂ ਆਈ, ਮੈਂ 3 ਸਾਲ ਦੀ ਮੈਂਬਰਸ਼ਿਪ ਆਪਣੇ ਲੋਕਾਂ ਦੇ ਲਈ ਤਿਆਗ ਕੇ ਆਇਆ। ਲੇਕਿਨ ਹੁਣ ਇਲੈਕਸ਼ਨ ਹੋਏਗਾ, ਬੀਜੇਪੀ ਤੁਹਾਨੂੰ ਖੜਾ ਕਰ ਦੇਗੀ, ਵੋਟਾਂ ਤੁਸੀਂ ਮੰਗੋਗੇ, ਫਿਰ ਲੋਕ ਪੁੱਛਣਗੇ ਕਿ ਆਮ ਆਦਮੀ ਪਾਰਟੀ ਦੇ ਸ਼ੀਤਲ ਨੂੰ ਵੋਟ ਪਾਈਏ ਜਾਂ ਬੀਜੇਪੀ ਦੇ ਸ਼ੀਤਲ ਨੂੰ ਵੋਟ ਪਾਈਏ? ਮੈਂ ਇਸ ਲਈ ਜੇ ਮੈਨੂੰ ਪਾਰਟੀ ਕੋਈ ਮੌਕਾ ਦੇਗੀ ਜਾਂ ਪਾਰਟੀ ਦੇ ਲਈ ਮੈਂ ਕੰਮ ਕਰਾਂਗਾ, ਮੈਂ ਸਿਰਫ ਇਸ ਵੋਟ ਮੰਗਣ ਜਾਵਾਂਗਾ। ਜਦ ਕਿਸੇ ਗਰੀਬ ਦਾ ਮਕਾਨ ਬਣ ਸਕਦਾ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਉਹਨਾਂ ਦੀ ਨਿੱਤਵ ਦੇ ਵਿੱਚ ਬਣ ਸਕਦਾ, ਜਦ ਕਿਸੇ ਦੇ ਘਰ ਸਿਲੰਡਰ ਦੀ ਜ਼ਰੂਰਤ ਹੈ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਕਦੇ ਆ, ਜੇ ਅੱਜ ਕਿਸੇ ਨੂੰ ਵੀ ਮੈਡੀਕਲ ਫੈਸਿਲਿਟੀ ਦੇ ਲਈ, ਅਗਰ ਅੱਜ ਆਯੁਸ਼ਮਾਨ ਕਾਰਡ ਪੰਜਾਬ ਦੇ ਲਈ ਗੌਰਮੈਂਟ ਨੇ ਇਸ ਕਰਕੇ ਬੰਦ ਕੀਤੇ ਆ ਕਿ ਕਿਤੇ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਦਾ ਲਾਭ ਪੰਜਾਬ ਦੇ ਲੋਕਾਂ ਨੂੰ ਨਾ ਮਿਲ ਸਕੇ। ਇੱਕ ਹੋਰ ਜਿਗਰੀ ਯਾਰ, ਰਮਨ ਅਰੋੜਾ ਵਿਧਾਇਕ ਸਾਹਿਬ, ਮੈਂ ਅੱਜ ਕਿਸੇ ਨਹੀਂ ਬੋਲਣਾ, ਨਹੀਂ ਮੈਂ ਨਹੀਂ ਬੋਲਣਾ ਨਹੀਂ। ਉਹ ਕਹਿੰਦੇ ਤੁਹਾਨੂੰ ਫੋਨ ਆਇਆ ਰਾਤੀ, ਤੁਸੀਂ ਫੋਨ ਚੱਕਿਆ ਨਹੀਂ, ਜਾਂ ਫਿਰ ਤੁਸੀਂ ਥੋੜੇ ਦਿਨਾਂ 'ਚ ਉਹਨਾਂ ਨੂੰ ਜੁਆਇਨ ਕਰਵਾ ਰਹੇ ਹੋ? ਮੈਂ ਉਹ ਕਿਸੇ ਦੇ ਬਾਰੇ ਗੱਲ ਨਹੀਂ ਕਰਾਂਗਾ, ਪਰ ਬਹੁਤ ਸਾਰੇ ਸਾਥੀ ਜਿਹੜੇ ਪੰਜਾਬ ਦੇ ਵਿਧਾਇਕ ਹੈ ਉਹ ਅੱਜ
ਕਿਸ ਵਿਸ਼ਵਾਸ ਨਾਲ ਉਹਨਾਂ ਨੂੰ ਲੋਕਾਂ ਨੂੰ ਵੋਟਾਂ ਮਿਲੀਆਂ ਸੀ। ਹਰ ਬੰਦਾ ਆਪਣੇ ਆਪਣੇ ਹਲਕੇ ਦੇ ਵਿੱਚ ਗਿਆ, ਆਪਣੀ ਆਪਣੇ ਉਹਨਾਂ ਨੇ ਜਾ ਕੇ ਸੋਚ ਰੱਖੀ ਕਿ ਅਸੀਂ ਲੋਕਾਂ ਦੇ ਲਈ ਇਹ ਕਰਾਂਗੇ। ਹਰ ਬੰਦਾ MLA ਇੱਦਾਂ ਬਣਦਾ, ਪਰ ਅੱਜ ਉਹਨਾਂ ਲੋਕਾਂ ਦੀ ਜਿਹੜੀ ਜੋ ਸੋਚ ਨਾ ਉਹ 2022 ਚ MLA ਬਣੇ ਆ, ਆਪਣੇ ਲੋਕਾਂ ਦੇ ਲਈ ਖਰਾ ਨਹੀਂ ਉਤਰ ਪਾ ਰਹੇ। ਅੱਜ ਵਨ ਮੈਨ ਸ਼ੋਅ ਜਿਹੜੀ ਸਰਕਾਰ ਚੱਲ ਰਹੀ ਹੈ, ਅੱਜ ਲੋਕਾਂ ਦੇ ਕੰਮ ਨਹੀਂ ਹੋ ਰਹੇ। ਅੱਜ ਸਿਰਫ ਤੇ ਸਿਰਫ ਇੱਕ ਐਡਵਰਟਾਈਜ਼ਮੈਂਟ ਦੇ ਉੱਤੇ ਜਿਹੜੀ ਸਰਕਾਰ ਚੱਲ ਰਹੀ ਹੈ, ਐਡਵਰਟਾਈਜ਼ਮੈਂਟ ਦੇ ਉੱਤੇ ਬਹੁਤ ਵੱਡਾ ਵੱਡਾ ਦੱਸਿਆ ਜਾ ਰਿਹਾ। ਅਗਰ ਗਰਾਊਂਡ ਲੈਵਲ ਤੇ ਜਾ ਕੇ ਨੀਚੇ ਦੇਖੋਗੇ, ਅੱਜ ਉਹਨਾਂ ਲੋਕਾਂ ਨੂੰ ਕੁਛ ਨਹੀਂ ਮਿਲ ਰਿਹਾ। ਲਾਸਟ ਸਵਾਲ ਹੈ, ਇੱਥੇ ਕੰਕਲੂਡ ਕਰ ਦਿੰਦੇ। ਤੁਸੀਂ ਕਹਿ ਰਹੇ ਹੋ ਕਿ ਕੋਰਟ ਦੇ ਵਿੱਚ ਮੁਕੱਦਮੇ ਜਿਹੜੇ ਹੈ ਉਹ ਸਾਰੇ ਕਲੀਅਰ ਹੋ ਗਏ, ਦੋ ਹੀ ਬਚੇ ਹੈ। ਦੂਜੇ ਪਾਸੇ ਚਰਚਾਵਾਂ ਇਹ ਸੀਗੀਆਂ ਕਿ ਤੁਸੀਂ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਸੀ ਜਲਦ ਤੋਂ ਜਲਦ ਖਤਮ ਕਰਵਾਇਆ ਜਾਵੇ, ਕਿਸੇ ਨੇ ਹੱਥ ਨਹੀਂ ਫੜਿਆ। ਕੋਈ ਐਵੀਡ ਪ੍ਰੂਫ ਚਲਾ ਦਿਓ ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ, ਜੇ ਮੈਂ ਕਿਸੇ ਨੂੰ ਕੋਈ ਗੱਲ ਅੱਜ ਤੱਕ ਕਹੀ ਹੈ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਕਹਿ ਰਿਹਾ ਜੇ ਮੈਂ ਕਦੀ ਕਿਸੇ ਨੂੰ। ਯਾਰ ਮੇਰੇ ਤੇ ਪਰਚਾ ਇਨਸਾਨ ਤੇ ਬਣ ਲਾਈਫ ਦਾ ਪੋਲੀਟੀਕਲ ਪਾਰਟੀ ਦਾ ਇੱਕ ਹਿੱਸਾ ਹੈ। ਦੂਸਰੀ ਪਾਰਟੀ ਚਾਹੁੰਦੀ ਹੈ ਕਿ ਛਵੀ ਖਰਾਬ ਕਰੋ, ਉਹਨੂੰ ਥੱਲੇ ਕਰੋ, ਪਰ ਲੋਕ ਬਹੁਤ ਸਮਝਦਾਰ ਅੱਜ ਕੱਲ੍ਹ ਪੜ੍ਹੇ ਲਿਖੇ ਆ। ਮੈਂ ਜੇ ਕਿਸੇ ਵੀ ਚੀਜ਼ 'ਚ ਮੇਰਾ ਕੋਈ ਗੁਨਾਹ ਹੈ ਉਸ ਚੀਜ਼ ਨੂੰ ਮੈਂ ਅਸੈਪਟ ਕਰਨ ਨੂੰ ਤਿਆਰ ਹਾਂ, ਪਰ ਮੈਂ ਫਿਰ ਬਾਰ ਬਾਰ ਕਹਿ ਰਿਹਾ ਕਿ ਮੈਨੂੰ ਮਜਬੂਰ ਨਾ ਕੀਤਾ ਜਾਵੇ। ਜਿਹੜੇ ਲੋਕ ਮੇਰੇ ਪਰਿਵਾਰ ਬਾਰੇ ਜਾਂ ਮੇਰੇ ਸਾਥੀਆਂ ਬਾਰੇ ਕੁਛ ਗਲਤ ਟਿੱਪਣੀ ਕਰ ਰਹੇ ਆ, ਉਹਨਾਂ ਨੂੰ ਮੈਂ ਕਵਾਂਗਾ ਆਪਣੇ ਅੰਦਰ ਝਾਂਕ ਕੇ ਦੇਖੋ, ਤੁਹਾਡੇ ਲਈ ਮੇਰੇ ਕੋਲ ਬਹੁਤ ਕੁਛ ਹੈ ਆਉਣ ਵਾਲੇ ਸਮੇਂ ਦੇ ਵਿੱਚ, ਨਹੀਂ ਤੇ ਪੰਜਾਬ ਦੇ ਲੋਕਾਂ ਨੂੰ ਮੈਂ ਉਹ ਚੀਜ਼ ਸਮਰਪਿਤ ਕਰਾਂਗਾ। ਇੱਕ ਲਾਸਟ ਸਵਾਲ ਹੋ ਰਿਹਾ, ਪੰਗਾ ਫਿਰ ਪੈਣਾ ਹੈ ਜਦੋਂ ਕੌਂਸਲਰ ਦੀਆਂ ਵੋਟਾਂ ਹੋਣੀਆਂ। ਰਿੰਕੂ ਰਾਣਾ ਕਹਿਣਾ ਮੇਰੇ ਬੰਦੇ ਉਤਾਰੋ, ਤੁਸੀਂ ਕਹਿਣਾ ਮੇਰੇ ਬੰਦੇ ਉਤਾਰੋ, ਐਡਜਸਟ ਕਿਵੇਂ ਹੋਣਗੇ? ਕੋਈ ਵੀ ਬੰਦੇ ਉਤਾਰਨ ਦੇ ਲਈ ਅਸੀਂ ਕੋਈ ਸੌਦੇ ਕਰਕੇ ਨਹੀਂ ਅਸੀਂ ਆਏ, ਅਸੀਂ ਪਾਰਟੀ ਦੀ ਸੇਵਾ ਕਰਨ ਦੇ ਲਈ ਆਏ ਹਾਂ। ਅਸੀਂ ਸੋਚਿਆ ਕਿਹੜੀ ਪਾਰਟੀ ਹੈ ਜਿਹੜੀ ਅੱਜ, ਕਿਉਂਕਿ ਜਿਹੜੇ ਮੇਰੇ ਲੋਕ ਹੈ ਉੱਥੇ ਬਹੁਤ ਮਾਤਰ ਪਰਿਵਾਰ ਦੇ ਲੋਕ, ਗਰੀਬ ਪਰਿਵਾਰ ਰਹਿੰਦਾ, ਕਿਉਂਕਿ ਉਹ ਲੋਕਾਂ ਦੇ ਲਈ ਸਵੇਰੇ ਰੋਜ਼ਗਾਰ ਅਗਰ ਘਰ ਦਾ ਜੀ ਕਮਾਉਣ ਜਾਵੇ ਤੇ ਸ਼ਾਮ ਨੂੰ ਲੋਕਾਂ ਦੇ ਹੈ। ਅੱਜ ਉਹਨਾਂ ਲੋਕਾਂ ਦੇ ਲਈ ਜੇ ਕੋਈ ਸਰਕਾਰ ਕੰਮ ਕਰ ਸਕਦੀ ਹੈ, ਉਹ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉਹਨਾਂ ਦੇ ਨੇਤਵ ਦੇ ਵਿੱਚ ਜਿਹੜਾ ਦੇਸ਼ ਤਰੱਕੀ ਕਰੇਗਾ, ਤੇ ਜਿਹੜੇ ਮੇਰੇ ਲੋਕਾਂ ਦੀ ਜਿਹੜੀ ਉਮੀਦ ਹੈ ਉਹ ਬਹੁਤ ਜਲਦੀ ਉਹਨਾਂ ਉੱਤੇ ਖਰੇ ਉਤਰਾਂਗੇ। ਲੋਕ ਜੋ ਵੀ ਜ਼ਿੰਮੇਵਾਰੀ ਲਗਾਉਣਗੇ ਉਸ ਨੂੰ ਪੂਰਾ ਕਰਾਂਗੇ। ਦਿਨ ਬ ਦਿਨ ਲੋਕਾਂ ਨੂੰ ਸਮਰਪਿਤ ਹੈ, ਪਰ ਕਿਸੇ ਵੀ ਵਿਵਾਦ ਵਿੱਚ ਮੇਰੇ ਜਿਹੜੇ ਸਾਥੀ ਉਹ ਨਾ ਆਉਣ। ਜੇ ਇਹ ਲੋਕ ਸਾਨੂੰ ਪ੍ਰੋਕ ਕਰਨਗੇ, ਅਸੀਂ ਜਿਹੜਾ ਇਹਨਾਂ ਦਾ ਸੱਚ ਹੈ ਜਨਤਾ 'ਚ ਲੈ ਕੇ ਆਵਾਂਗੇ। ਧੰਨਵਾਦ। ਕੈਮਰਾਮੈਨ ਰਜਿੰਦਰ ਦੇ ਨਾਲ ਪੰਕਜ ਕਪੈ, ਨਿਊਜ਼ 18, ਚੰਡੀਗੜ੍ਹ।